बारे हुण पंजाब सरकार ने फैसला किया कि तुहाडी सारी जिहड़ी जीवनी आ किताबां दे विच बच्चों नूं पढ़ाई जाऊगी, किवें लग्या तुहानूं फैसला? वधिया लगे। की कहना चाहुंदे हो? ਬਾਅਦ ਅਸੀਂ ਕਹਿੰਦੇ ਪੜ੍ਹਨ ਲਿਖਣ ਗੇਮਾਂ ਦੇ ਨਸ਼ਿਆਂ ਦੇ ਵਜਣ। ਹੁਣ ਜਿਵੇਂ ਹੁਣ ਦੇ ਹਾਲਾਤਾਂ ਦੀ ਗੱਲ ਕਰੀਏ ਤਾਂ ਬੱਚੇ ਪੁੱਠੇ ਸਿੱਧੇ ਰਾਹਾਂ 'ਚ ਜਾਂਦੇ ਨੇ, ਤੁਹਾਡੇ ਬਾਰੇ ਪੜ੍ਹਨਗੇ, ਮਿਲਖਾ ਸਿੰਘ ਬਾਰੇ ਪੜ੍ਹਨਗੇ, ਕਿਸ ਤਰੀਕੇ ਨਾਲ ਤੁਸੀਂ ਹਰ ਇੱਕ ਔਕੜਾਂ 'ਚੋਂ ਨਿਕਲ ਕੇ ਖੇਡਾਂ 'ਚ ਮੱਲਾਂ ਮਾਰੀਆਂ ਨੇ? ਦੇਖ ਕੇ ਪੜ੍ਹ ਕੇ ਕੁਛ ਨਾ ਕੁਛ ਤਾਂ ਸਿੱਖਣਗੇ, ਚੰਗਾ ਉਹ ਕਰਨਗੇ। ਵਧੀਆ ਲੱਗਿਆ ਤੁਹਾਨੂੰ? ਵਧੀਆ। ਹੋਰ ਸਿੰਘ ਜੀ, ਤੁਹਾਡੇ ਜੀਵਨ ਬਾਰੇ ਗੱਲ ਕਰੀਏ, ਤੁਹਾਡੇ ਖੇਡਾਂ ਦੀ ਸ਼ੁਰੂਆਤ ਬਾਰੇ ਗੱਲ ਕਰੀਏ, ਕੀ ਕਹਿਣਾ ਚਾਹੋਗੇ? ਵਧੀਆ ਜੀ। ਕਿਸ ਤਰੀਕੇ ਨਾਲ ਤੁਸੀਂ ਸ਼ੁਰੂਆਤ ਕੀਤੀ? ਗੱਲ ਕਰੀਏ ਬੋਕਸਿੰਗ ਦੇ ਵਿੱਚ, ਕਿਵੇਂ ਸ਼ੁਰੂਆਤ ਕੀਤੀ? ਬੋਕਸਿੰਗ ਦੇ ਵਿੱਚ ਤਾਂ ਤੁਹਾਨੂੰ ਦੱਸਿਆ ਸੀ, ਪਹਿਲਾਂ BS ਚੌਲ ਬਸ਼ੀਰ ਹੁੰਦਾ ਸੀ, ਉਹਨੇ ਮੈਨੂੰ ਹੌਲੀ 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 ਹੌਲੀ, ਟਾਈਮ ਤਾਂ ਲੱਗਦੀ ਹੈ, ਮਤਲਬ ਇੱਕਦਮ ਤਾਂ ਨਹੀਂ ਆਉਂਦਾ, ਤਾਂ ਵੀ ਮੈਨੂੰ 5 ਸਾਲ ਲੱਗੇ ਉੱਪਰ ਹਾਈ ਲੈਵਲ ਤੱਕ ਆਉਣ ਨੂੰ 5 ਸਾਲ ਲੱਗੇ। ਕਿਹੜੇ ਕਿਹੜੇ ਦੇਸ਼ਾਂ 'ਚ ਜਾ ਕੇ ਤੁਸੀਂ ਬੋਕਸਿੰਗ ਦੇ ਵਿੱਚ? ਕੋਰੀਆ ਵੀ ਗਿਆ, ਆਸਟ੍ਰੇਲੀਆ ਗਿਆ, ਜਪਾਨ ਗਿਆ, ਰਸ਼ੀਆ ਗਿਆ, ਕਈ ਮੁਲਕਾਂ 'ਚੋਂ। ਉਸ ਤੋਂ ਗੱਲ ਕਰੀਏ ਤਾਂ ਤੁਸੀਂ ਦੇਸ਼ ਦੇ ਲਈ ਇੰਨਾ ਕੁਛ ਕੀਤਾ, ਸਰਕਾਰਾਂ ਨੇ ਤੁਹਾਡੇ ਲਈ ਕੀ ਕੀਤਾ, ਤੁਹਾਨੂੰ ਕਿੰਨੀ ਕੁ ਸਰਕਾਰ ਵੱਲੋਂ ਮਦਦ ਮਿਲੀ ਹੈ? ਪੰਜਾਬ ਸਰਕਾਰ ਵੱਲੇ ਮੈਨੂੰ ਕੁਛ ਨਹੀਂ ਮਿਲਿਆ, ਕੋਈ ਮਦਦ ਨਹੀਂ ਮਿਲੀ। ਇਹਦਾ ਜਿਹੜੇ ਮੇਰੇ ਵਾਰਡ ਬਣਦੇ ਤੇ ਉਹ ਵੀ ਨਹੀਂ ਪੰਜਾਬ ਵਾਲੇ ਦੇ ਰਹੇ, ਉਹ ਵੀ ਨਹੀਂ ਦਿੱਤੇ। ਤੁਸੀਂ ਜਿਹੜਾ ਰਣਜੀਤ ਅਵਾਰਡ ਕਹਿ ਰਹੇ ਸੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ? ਉਹਦੇ ਵੀ ਕਹਿੰਦੇ ਮੈਨੂੰ ਮਿਲਣਾ ਤੁਸੀਂ। ਹੁਣ ਬੱਚਿਆਂ ਨੂੰ ਤੁਹਾਡੇ ਬਾਰੇ ਪੜ੍ਹਾਇਆ ਜਾਊਗਾ, ਕੀ ਲੱਗਦਾ ਤੁਹਾਨੂੰ ਕਿ ਤੁਹਾਡੇ ਬਾਰੇ ਜਾਣਕਾਰੀ ਜਾਂ ਖੇਡਾਂ ਬਾਰੇ ਜਾਣਕਾਰੀ ਲੈ ਕੇ ਬੱਚੇ ਕਿਹੜੇ ਕਿਹੜੇ ਮਾੜੇ ਕੰਮਾਂ ਤੋਂ ਬਚਣਗੇ? ਨਸ਼ਿਆਂ ਤੋਂ ਬਚਣਗੇ, ਪ੍ਰੈਕਟਿਸ ਦੇ ਕੇ, ਪੜ੍ਹ ਕੇ ਹੀ ਦੇਖ ਕੇ। ਆ ਜਿਹੜੇ ਹੁਣ ਕੋਈ ਬਣਦੇ ਨੇ, ਡਾਕਟਰ ਬਣਦੇ ਨੇ, ਹੋਰ ਬੜੇ ਉਹ ਬਣਦੇ ਨੇ, ਉਹ ਪੜ੍ਹ ਕੇ ਦੇਖ ਕੇ ਬਣਦੇ ਨੇ। ਕਿਵੇਂ ਲੱਗਦੀ ਹੈ ਇਹ ਜਿਹੜੀ ਗੱਲ ਆ ਕਿ ਆਉਣ ਵਾਲੇ ਸਾਰੀ ਉਮਰ ਤੱਕ ਤੁਹਾਡੀ ਜਿਹੜੀ ਸਾਰੀ ਜ਼ਿੰਦਗੀ ਤੱਕ ਪੀੜ੍ਹੀਆਂ ਤੱਕ ਤੁਹਾਡਾ ਜਿਹੜਾ ਨਾਮ ਆ ਕਿਤਾਬਾਂ ਦੇ ਵਿੱਚ ਛੁਪੂਗਾ, ਤੁਹਾਡੀ ਜ਼ਿੰਦਗੀ ਇੱਕ ਔਰ ਸਿੰਘ ਨੇ ਕਿਵੇਂ ਸ਼ੁਰੂਆਤ ਕੀਤੀ, ਕਿਵੇਂ ਮੱਲਾਂ ਮਾਰੀਆਂ, ਉਹ ਆਉਣ ਵਾਲੇ ਸਾਰੀਆਂ ਪੀੜ੍ਹੀਆਂ? ਬਹੁਤ ਮਤਲਬ ਖੁਸ਼ੀ ਦੀ ਗੱਲ ਹੈ ਵੀ ਪੂਰੀ ਜ਼ਿੰਦਗੀ 'ਚ ਵੀ ਮਤਲਬ ਸਾਰੀ ਜ਼ਿੰਦਗੀ ਮੇਰਾ ਨਾਮ ਰਹੇਗਾ। ਖੁਸ਼ ਹਾਂ ਜੀ, ਖੁਸ਼। ਮਤਲਬ ਜੀ, ਕੀ ਨਾਮ ਆ ਤੁਹਾਡਾ ਜੀ? ਬਲਜੀਤ ਕੌਰ। ਬਲਜੀਤ ਜੀ, ਕਿਵੇਂ ਦੇਖਦੇ ਹੋ ਤੁਹਾਡੇ ਪਤੀ ਕੌਰ ਸਿੰਘ ਦੇ ਬਾਰੇ ਹੁਣ ਬੱਚਿਆਂ ਨੂੰ ਕਿਤਾਬਾਂ ਦੇ ਵਿੱਚ ਪੜ੍ਹਾਇਆ ਜਾਊਗਾ, ਉਹਨਾਂ ਦੀ ਸਾਰੀ ਜੀਵਨੀ ਸਾਰੀ ਜ਼ਿੰਦਗੀ ਕਿਤਾਬਾਂ 'ਚ ਲਿਖੀ ਜਾਊਗੀ, ਉਹ ਚੀਜ਼ ਨੂੰ ਕਿਵੇਂ ਦੇਖਦੇ ਹੋ? ਬਹੁਤ ਖੁਸ਼ੀ ਦੀ ਗੱਲ ਹੈ ਜੀ ਸਾਨੂੰ, ਜਦੋਂ ਸਾਨੂੰ ਆਪਦਾ ਸਾਡਾ ਨਾਮ ਕਮਾਇਆ ਜਾਊਗਾ, ਬੱਚੇ ਪੜ੍ਹਨਗੇ, ਕਿਤਾਬਾਂ 'ਚੋਂ ਨੌਲੇਜ ਸਿੱਖਣਗੇ, ਵਧੀਆ ਖੇਡਾਂ ਵੱਲ ਜਾਣਗੇ, ਪੜ੍ਹ ਕੇ ਕਿਤਾਬ ਨੂੰ, ਨਸ਼ਿਆਂ ਤੋਂ ਬਚਣਗੇ। ਕੌਰ ਸਿੰਘ ਜੀ ਦੀ ਜੀਵਨੀ ਲਿਖੀ ਜਾਊਗੀ, ਸਾਰੀ ਜ਼ਿੰਦਗੀ ਦੀ ਕਹਾਣੀ ਲਿਖੀ ਜਾਊਗੀ ਕਿਤਾਬਾਂ ਦੇ ਵਿੱਚ, ਤੁਸੀਂ ਕੀ ਰੋਲ ਅਦਾ ਕੀਤਾ? ਤੁਸੀਂ ਹਰ ਇੱਕ ਜਗ੍ਹਾ ਨਾਲ ਰਹੇ, ਹਰ ਇੱਕ ਜੀਵਨ ਦੇ ਪੜਾਅ 'ਚ ਨਾਲ ਰਹੇ? ਹਾਂਜੀ, ਅਸੀਂ ਸਾਥ ਦਿੱਤਾ, ਬੜਾ ਸਾਥ ਦਿੱਤਾ। ਮੈਂ ਕਦੇ ਨਹੀਂ ਆਏ ਵੀ ਕਿਹਾ ਵੀ ਤੁਸੀਂ ਨੇ ਇੱਥੇ ਨਹੀਂ ਜਾਣਾ, ਇੱਥੇ ਨਹੀਂ ਜਾਣਾ, ਵੀ ਤੁਸੀਂ ਜਾਣਾ ਜ਼ਰੂਰੀ। ਖੇਡਾਂ ਵੱਲ ਬੜਾ ਧਿਆਨ ਦਿੱਤਾ, ਬੜਾ ਉਹਨੂੰ ਸਾਥ ਦਿੱਤਾ ਇਹਨਾਂ ਨੂੰ। ਹਾਂ, ਹਰੇਕ ਥਾਵੇਂ ਜੀ। ਹਾਂ, ਜਦੋਂ ਜਾਂਦੇ ਸੀ, ਮੈਚ ਚੱਲਦੇ ਸੀ, ਤੁਸੀਂ ਕਿਵੇਂ ਦੇ, ਤੁਹਾਨੂੰ ਕਿਵੇਂ ਪਤਾ ਲੱਗਦਾ? ਬੜਾ ਚਾਅ ਚੜ੍ਹਦਾ, ਖੁਸ਼ੀ ਹੁੰਦੀ ਜੀ ਸਾਨੂੰ ਜਦ ਦੇਖਦੇ, ਸਾਰੇ ਕੰਮ ਛੱਡ ਕੇ ਮੂਹਰੇ ਬਹਿ ਜਾਂਦੇ ਅਤੇ ਦੇਖਣਗੇ ਇਹਨਾਂ ਨੂੰ TV ਦੇ। ਪਤਾ ਜੀ, ਹੁਣ ਦੇ ਹਾਲਾਤਾਂ ਦੀ ਗੱਲ ਕਰਦੇ, ਜਿਹੜੀ ਨੌਜਵਾਨੀ ਆ ਉਹ ਪੁੱਠੇ ਰਾਹ 'ਤੇ ਜਾਂਦੀ ਆ, ਨਸ਼ਿਆਂ 'ਤੇ ਜਾਂਦੀ ਆ, ਤਾਂ ਹੁਣ ਖੇਡਾਂ ਬਾਰੇ ਜਿਹੜੇ ਮਹਾਨ ਖਿਲਾੜੀ ਨੇ ਉਹਨਾਂ ਬਾਰੇ ਦੱਸਿਆ ਜਾਊਗਾ, ਪੜ੍ਹਾਇਆ ਜਾਊਗਾ, ਕਿੰਨਾ ਕੁ ਫਰਕ ਪਊਗਾ? ਹੁਣ ਅਸੀਂ ਕਹਿੰਦੇ ਜੀ ਬੱਚੇ ਵੀ ਪੜ੍ਹਨ ਲਿਖਣ, ਨੌਲੇਜ ਕਿਤਾਬਾਂ 'ਚੋਂ ਪੜ੍ਹਨ ਲਿਖਣ, ਆਪਦੇ ਮਾਂ ਬਾਪਾਂ ਦਾ ਨਾਮ ਕਮਾਉਣ, ਵੀ ਨਸ਼ਿਆਂ ਕਨੀ ਨਾ ਜਾਣ ਬੱਚੇ, ਵੀ ਪੀੜ੍ਹੀ ਬਦਲਣ, ਮਾਂ ਬਾਪਾਂ ਦੀ ਵਧੀਆ ਜ਼ਿੰਦਗੀ ਲੰਘਾਉਣ। ਇਹ ਫੈਸਲਾ ਵਧੀਆ ਲੱਗਿਆ? ਹਾਂ, ਮੈਨੂੰ ਬਹੁਤ ਵਧੀਆ ਲੱਗਿਆ ਜੀ ਫੈਸਲਾ ਜਿਹੜਾ ਇਹਨਾਂ ਨੇ। ਹਾਂ।